ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਜੁੜੇ ਰਹਿਣ ਦੇ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਣਾ ਨਾ ਭੁੱਲੋ ਤਾਂ ਕਿ ਸਾਡੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਸੰਤ ਮਸਕੀਨ ਜੀ ਦੀਆਂ ਕਥਾ ਸੁਣਨ ਦੇ ਲਈ ਐਂਡਰੋਇਡ ਐਪ ਡਾਊਨਲੋਡ ਕਰੋ। ਇਸ ਐਪ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਅਤੇ ਉੱਪਰ ਆ ਰਹੇ ਬੋਕਸ 'ਤੇ ਕਲਿੱਕ ਕਰਕੇ ਵੀ ਤੁਸੀਂ ਇਹ ਐਪ ਪ੍ਰਾਪਤ ਕਰ ਸਕਦੇ ਹੋ। ਮੈਂ ਇੱਕ ਦਿਨ ਰਾਵਿੰਦਰ ਨਾਥ ਟੈਗੋਰ ਦੀ ਜੀਵਨ ਕਥਾ ਪੜ੍ਹ ਰਿਹਾ ਸੀ। ਉਹਨਾਂ ਦਾ ਸ਼ਾਂਤੀ ਨਿਕੇਤਨ ਮੈਂ ਦੇਖਣ ਵਾਸਤੇ ਗਿਆ ਸੀ ਆਸਨਸੋਲ ਤੋਂ। ਭਾਵੇਂ ਉੱਥੇ ਮੈਂ ਬਲੈਕ ਬੋਰਡ 'ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਪ੍ਰਭੂ ਜੂ ਤੋਕੇ ਇਲਾਜ ਹਮਾਰੀ, ਨੀਲਕੰਠ ਨਰ ਹਰ ਨਾਰਾਇਣ, ਨੀਲ ਬਸਨ ਮਨਵਾਰੀ। ਮੈਂ ਉੱਥੇ ਕਹਿ ਬੈਠਾ, ਮੈਂ ਕਿ ਇਹ ਸ਼ਬਦ ਤੇ ਦਸਵੇਂ ਪਾਤਸ਼ਾਹ ਦਾ ਜਿਹੜਾ ਬਲੈਕ ਬੋਰਡ ਤੇ ਲਿਖਿਆ, ਇਸ ਤੋਂ ਤੁਸੀਂ ਕੀ ਸਿਖਾਉਂਦੇ ਹੋ? ਕਹਿੰਦੇ ਇੱਕ ਕਾਵਿ ਸ਼ੈਲੀ ਨੂੰ ਗੁਰੂ ਗੋਬਿੰਦ ਸਿੰਘ ਨੇ ਜਨਮ ਦਿੱਤਾ, ਇਸ ਸ਼ਬਦ ਦੇ ਰਾਹੀਂ ਅਸੀਂ ਇਹ ਵਿਦਿਆਰਥੀਆਂ ਨੂੰ ਸਿਖਾਉਂਦੇ ਹਾਂ। ਮੈਂ ਕਿ ਇਹਦੇ 'ਚ ਕੀ ਹੈ, ਮੈਨੂੰ ਦੱਸੋ ਜ਼ਰਾ, ਮੈਨੂੰ ਵੀ ਪਕੜ 'ਚ ਨਹੀਂ ਹੈ ਮੇਰੀ, ਮੈਨੂੰ ਦੱਸੋ। ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਜਿਸ ਅੱਖਰ ਨੂੰ ਪਹਿਲੇ ਵਰਤਦੇ ਨੇ, ਉਹ ਸਾਰੀ ਪੰਕਤੀ ਵਿੱਚ ਉਹ ਅੱਖਰ ਪਹਿਲੇ ਹੀ ਰਹਿੰਦਾ। ਜਿਵੇਂ ਪਹਿਲੀ ਪੰਕਤੀ 'ਤੇ ਅਸਥਾਈ ਹੈ, ਪ੍ਰਭੂ ਜੂ ਤੋਕੇ ਇਲਾਜ ਹਮਾਰੀ, ਹੁਣ ਨੰਨੇ ਨੂੰ ਲੈਂਦੇ ਨੇ, ਨੀਲਕੰਠ। ਨੀਲਕੰਠ ਇੱਕ ਸ਼ਬਦ ਹੈ, ਨੀਲਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ, ਇੱਕੋ ਸ਼ਬਦ ਨੰਨਾ ਚੱਲਦਾ। ਫਿਰ ਪੱਪਾ ਚੱਲੇਗਾ, ਪਰਮ ਪੁਰਖ ਪਰਮੇਸ਼ਰ ਸਵਾਮੀ ਪਾਵਨ ਪਵਨ ਆਹਾਰੀ। ਫਿਰ ਮੰਬਾ ਚਲੇਗਾ, ਮਾਧੋ ਮਹਾਜੋਤ, ਮਹਾਜੋਤ ਇੱਕੋ ਹੀ ਸ਼ਬਦ ਹੈ, ਮਾਧੋ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ। ਮੈਨੂੰ ਕਹਿਣ ਲੱਗੇ ਅਸੀਂ ਇਹ ਕਾਵਿ ਸ਼ੈਲੀ ਇਸ ਤੋਂ ਸਿੱਖਦੇ ਹਾਂ। ਮੈਂ ਕਿਹਾ ਧਾਨੋ, ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਇਸ ਤਰ੍ਹਾਂ ਪਕੜਿਆ ਤੇ ਸਾਡੀ ਤੇ ਕੱਖ ਸਮਝ 'ਚ ਨਹੀਂ ਆਇਆ, ਸਾਡੇ ਵਿੱਚ ਕਈ ਦਸਮ ਗ੍ਰੰਥ ਦੀ ਨਿੰਦਾ ਕਰਨ ਤੇ ਤੁਲ ਪਏ ਨੇ, ਸਮਝ ਕੱਖ ਨਹੀਂ ਆਇਆ, ਕੁਛ ਵੀ ਪਤਾ ਨਹੀਂ। ਕਹਿੰਦੇ ਨੇ ਉਹਦੇ ਤ੍ਰਿਆ ਚਰਿੱਤਰ ਹੈ। ਇੱਕ ਮਿੰਟ ਜ਼ਰਾ ਹਮੇਸ਼ਾ ਨਾਲ ਸੁਣਨਾ। ਤ੍ਰਿਆ ਚਿੱਤਰ ਦੇ ਕਾਮ ਦੀਆਂ ਬਾਰੀਕੀਆਂ ਨੂੰ, ਉਤਾਰ ਚੜਾਅ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ। ਕਿਉਂ ਕੀਤਾ? ਰਿਸ਼ੀ ਵਾਤਸਾਇਨ ਨੇ ਪੂਰਾ ਇੱਕ ਗ੍ਰੰਥ ਲਿਖਿਆ, ਉਹਨੂੰ ਕਾਮ ਸੂਤਰ ਕਹਿੰਦੇ ਨੇ। ਲਿਖਿਆ ਉਸਨੇ ਸਾਰਾ ਗ੍ਰੰਥ ਰਾਮ ਤੇ ਨਹੀਂ ਲਿਖਿਆ, ਪ੍ਰਭੂ ਦੇ ਨਾਮ ਤੇ ਨਹੀਂ ਲਿਖਿਆ, ਕਾਮ ਤੇ ਲਿਖਿਆ। ਸਾਰਾ ਹਿੰਦੂ ਸਮਾਜ ਉਸਨੂੰ ਰਿਸ਼ੀ ਕਹਿੰਦਾ, ਰਿਸ਼ੀ ਵਾਤਸਾਇਨ। ਲਿਖਿਆ ਉਸਨੇ ਕਾਮ ਤੇ ਹੈ ਤੇ ਉਹਨੇ ਬੜੀ ਪ੍ਰਬਲ ਦਲੀਲ ਦਿੱਤੀ ਹੈ, ਹੰਕਾਰ ਤੇ ਬੋਲਿਆ ਜਾ ਸਕਦਾ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਲੋਭ ਤੇ ਬੋਲਿਆ ਵੀ ਜਾ ਸਕਦਾ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਕ੍ਰੋਧ ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਸਿਰਫ ਕਾਮ ਤੇ ਬੋਲਣਾ ਤੇ ਲਿਖਣਾ ਇਹ ਅਸ਼ਲੀਲ ਹੋ ਗਿਆ, ਜਿਹੜਾ ਸਾਰੀ ਦੁਨੀਆਂ ਨੂੰ ਭ੍ਰਸ਼ਟ ਕਰ ਦਿੰਦਾ। ਇਸਤਰੀ ਨੂੰ ਇਸਤਰੀ ਨਹੀਂ ਰਹਿਣ ਦਿੰਦਾ, ਗਣਕਾ ਬਣਾ ਦਿੰਦਾ। ਪੁਰਸ਼ ਨੂੰ ਪੁਰਸ਼ ਨਹੀਂ ਰਹਿਣ ਦਿੰਦਾ, ਬਲਾਤਕਾਰੀ ਬਣਾ ਦਿੰਦਾ। ਇਸ ਦੇ ਉੱਤੇ ਬੋਲਣਾ ਤੇ ਲਿਖਣਾ ਅਸ਼ਲੀਲ ਕਿਸ ਤਰ੍ਹਾਂ ਹੋਇਆ? ਰਿਸ਼ੀ ਵਾਤਸਾਇਨ ਦੀ ਇਸ ਦਲੀਲ ਦੇ ਸਮੇਂ ਉਸ ਸਮੇਂ ਦਾ ਸਮਾਜ ਚੁੱਪ ਕਰ ਗਿਆ ਸੀ, ਔਰ ਉਹ ਰਿਸ਼ੀ ਜਾਣ ਕੇ ਪੂਜਿਆ ਗਿਆ, ਉਹ ਰਿਸ਼ੀ ਜਾਣ ਕੇ ਸਤਿਕਾਰਿਆ ਗਿਆ। ਸਮਾਪਤੀ ਕਰਾਂ ਮੈਂ। ਸਾਡੇ ਵਿੱਚ ਜਣਾ ਖਣਾ ਖੜਾ ਹੋ ਜਾਂਦਾ, ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ, ਰਚਨਾ ਨਹੀਂ, ਰਚਨਾ ਨਹੀਂ। ਮੈਂ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਨਾ ਲੈਂਦੇ ਪਏ ਨੇ, ਕੁਝ ਸਿੱਖਦੇ ਪਏ ਨੇ। ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ। ਠੀਕ ਹੈ, ਪੁਰਾਣਾ ਇਤਿਹਾਸ ਸਤਿਗੁਰਾਂ ਨੇ ਲਿਖਿਆ, ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ, 24 ਅਵਤਾਰਾਂ ਦੀ ਕਥਾ ਹੈ। ਔਰ ਸਤਿਗੁਰ ਸਾਫ਼ ਲਿਖਦੇ ਪਏ ਨੇ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਅਵਰ ਵਾਸਨਾ ਨਾਏ ਪ੍ਰਭ ਧਰਨ ਜੁਦ ਕੇ ਚਾਹੇ। ਮੈਂ ਇਹ ਸਿਰਫ ਟੀਕਾ ਕੀਤਾ ਹੈ, ਮੇਰੇ ਆਪਣੇ ਵਿਚਾਰ ਨਹੀਂ ਨੇ ਗੁਰੂ ਗੋਬਿੰਦ ਸਿੰਘ, ਮੈਂ ਭਾਸ਼ਾ ਕੀਤੀ ਹੈ। ਤਾਂ ਗੱਲ ਖਤਮ ਹੋ ਗਈ, ਇਲਜ਼ਾਮ ਤੇ ਗੁਰੂ ਗੋਬਿੰਦ ਸਿੰਘ ਤੇ ਉਂਝ ਨਹੀਂ ਆਉਂਦਾ, ਪਰ ਕੀਤਾ ਕੀ ਜਾਏ, ਅਕਲ ਨੂੰ ਤਾਲੇ ਲਾ ਦੋ ਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੂੰ ਖੰਡਨ ਕਰੀ ਜਾਓ, ਦੋਵਾਂਦਾਰ ਬੋਲੀ ਜਾਓ ਜਿਹਨਾਂ ਨੂੰ ਕੱਖ ਨਹੀਂ ਪਤਾ, ਸਾਰੀ ਜ਼ਿੰਦਗੀ ਕਿਸੇ ਹੋਰ ਪਾਸੇ ਰੋਲਦੇ ਨੇ, ਬੁਢੇਪੇ ਜੋ ਹੈ ਕੌਮ ਨੂੰ ਭ੍ਰਸ਼ ਕਰਨ ਵਾਸਤੇ ਗਲਤ ਬੋਲਣ ਸ਼ੁਰੂ ਕਰ ਦਿੰਦੇ ਨੇ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ, ਜਿਹਦੇ ਨਾਲ ਆਮ ਸਮਾਜ ਗਲਤ ਫਹਿਮੀ 'ਚ ਪੈ ਜਾਂਦਾ। ਖੈਰ, ਮੁਕਤਸਰ ਜਿਹਾ ਮੈਂ ਅਰਜ਼ ਕਰਾਂ, ਸ਼ਾਂਤੀ ਨਿਕੇਤਨ ਦੇ ਉਸ ਸ਼ਬਦ ਤੋਂ ਕਵਿਤਾ ਬਣਾਉਣ ਦੀ ਸ਼ੈਲੀ, ਨਵੀਂ ਸ਼ੈਲੀ
ਕਹਿੰਦੇ ਜੀ ਇਸ ਨੂੰ ਜਨਮ ਗੁਰੂ ਗੋਬਿੰਦ ਸਿੰਘ ਨੇ ਦਿੱਤਾ, ਅਸੀਂ ਸਿੱਖਦੇ ਹਾਂ, ਅਸੀਂ ਸਿੱਖਣ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ, ਅਸੀਂ ਜਾਣਨ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ।